ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਗੋਭੀ ਦਾ ਖੱਟਾ ਮਿੱਠਾ ਅਚਾਰ ਇਹਦੇ ਲਈ ਸਬਤ ਪੱਲਾਪਾ ਮਸਾਲੇ ਪੀਸ ਲਵਾਂਗੇ ਵੈਸੇ ਤਾਂ ਆਪਾਂ ਮਿਕਸੀ ਚ ਵੀ ਕਰ ਸਕਦੇ ਹਾਂ ਗ੍ਰਾਈਂਡ ਪਰ ਹੱਥ ਨਾਲ ਜ਼ਿਆਦਾ ਵਧੀਆ ਲੱਗਦੇ ਨੇ ਇਹਦੇ ਵਿੱਚ ਆਪਾਂ ਪਾਇਆ ਜੀਰਾ ਸੌਂਫ ਤੇ ਰਾਈ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰਕੇ ਤੇ ਕੁੰਡੀ ਸੋਟੇ ਦੇ ਵਿੱਚ ਆਪਾਂ ਪੀਸ ਲੈਣਾ ਹੋਣ ਲਵਾਂਗੇ 1 ਕਟਸ਼ੀ ਸਰੋਂ ਦਾ ਤੇਲ ਕਿਉਂਕਿ ਸਰੋਂ ਦੇ ਤੇਲ ਕੀ achar ਜ਼ਿਆਦਾ ਵਧੀਆ ਬਣਦੇ ਨੇ ਹੁਣ ਆਪਣਾ ਤੇਲ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਸਭ ਤੋਂ ਪਹਿਲਾਂ ਤੜਕਾ ਲਾਉਣ ਲਈ ਪਿਆਜ਼ ਜਿਹੜਾ ਹੁੰਦਾ ਨਾ ਉਹਦੇ ਵਿੱਚ ਕ੍ਰਸ਼ ਕੀਤੇ ਨੇ ਜ਼ਿਆਦਾ ਗ੍ਰਾਈਂਡ ਨਹੀਂ ਕੀਤੇ ਹੈਗੇ ਇਸੇ ਫਿਰ ਕ੍ਰਸ਼ ਕਰਕੇ ਟਾਪਰ ਦੇ ਵਿੱਚ ਸਭ ਤੋਂ ਪਹਿਲਾਂ ਪਿਆਜ਼ ਪੋੜੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਫੁੱਲ ਲੈਣਾ ਇਹ ਚ ਟਮਾਟਰ ਨਹੀਂ ਪਾਉਣਾ ਕਿਉਂਕਿ ਇਹ achar ਆ ਇਹ ਸਿਰਫ ਪਿਆਜ਼ ਤੇ ਲਸਣ ਤੇ ਅਦਰਕ ਇਹ ਤਿੰਨ ਚੀਜ਼ਾਂ ਪਾਈ ਦੀਆਂ ਨੇ ਹੁਣ ਇਹਦੇ ਵਿੱਚ ਕ੍ਰਸ਼ ਕੀਤਾ ਹੋਇਆ ਅਦਰਕ ਤੇ ਨਾਲ ਹੀ ਥੋੜਾ ਜਿਹਾ ਲਸਣ ਵੀ ਵਿੱਚ ਹੀ ਆ ਇਹਦੇ ਲਸਣ ਜਿਆਦਾ ਨਹੀਂ ਪਾਇਆ ਤੇ ਨੂੰ ਹਿਲਾਉਂਦੇ ਰਵਾਂਗੇ ਨਾਲ ਦੀ ਨਾਲ ਤਾਂ ਕਿ ਇਹ ਪਿਆਜ਼ ਚੰਗੀ ਤਰ੍ਹਾਂ ਪੱਕ ਜਾਣ ਤੇ ਜਦੋਂ ਤੱਕ ਇੱਕ ਸਾਈਡ ਤੇ ਆਪਣੇ ਇੱਧਰ ਪਿਆਜ਼ ਭੁੰਨੇ ਨੇ ਉਦੋਂ ਤੱਕ ਆਪਾਂ ਜਿਹੜਾ ਗੁੜ ਹੈਗਾ ਉਹਨੂੰ ਕ੍ਰਸ਼ ਕਰ ਲੈਨੇ ਆ ਮਨ ਨੂੰ ਬਰੀ ਬਰੀ ਕੱਟ ਲੈਣੇ ਆ ਗੁੜ ਜ਼ਿਆਦਾ ਵੀ ਨਹੀਂ ਪੜਾ ਦੋ ਪੀਸਿਸ ਨੇ ਤੁਸੀਂ ਦੇਖ ਲਓ ਸਾਈਜ਼ ਜ਼ਿਆਦਾ ਵੱਡਾ ਵੀ ਨਹੀਂ ਹੈਗਾ ਇਹਨਾਂ ਨੂੰ ਵੀ ਆਪਾਂ ਛੋਟਾ ਛੋਟਾ ਕਰ ਲੈਣਾ ਇਹ ਗੁੜ ਹਨ ਜਿਹੜਾ ਇਹ ਸੌਫਟ ਗੁੜ ਆ ਕਈ ਲੋਕ ਸ਼ੱਕਰ ਵੀ ਪਾ ਲੈਂਦੇ ਨੇ ਗੁੜ ਦੀ ਇਹ ਸਾਰੇ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਕ੍ਰਸ਼ ਕਰ ਲੈਣਾ ਇਹਨੂੰ ਵੈਸੇ ਕੱਦੂ ਕਸ ਵੀ ਕਰ ਸਕਦੇ ਆ ਪਰ ਉਹਦੇ ਨਾਲ ਜਿਆਦਾ ਫਰਕ ਨਹੀਂ ਪੈਂਦਾ ਕੋਈ ਹੱਥ ਦੁਖਣ ਲੱਗ ਜਾਂਦੇ ਨੇ ਐਵੇਂ ਜਲਦੀ ਹੋ ਜਾਂਦਾ ਇਹ ਤੇ ਇਧਰ ਆਪਣਾ ਹੁਣ ਤੜਕਾ ਜਿਹੜਾ ਪਿਆਜ਼ ਨੇ ਉਹ ਵੀ ਰੈਡੀ ਹੋ ਚੁੱਕਿਆ ਲਗਭਗ ਪਿਆਜ਼ ਪੱਕ ਗਏ ਨੇ ਤੇ ਇਹਦੇ ਵਿੱਚ ਆਪਾਂ ਹੁਣ ਮਸਾਲੇ ਐਡ ਕਰਾਂਗੇ ਹਲਦੀ ਇੱਕ ਚਮਚ ਹਲਦੀ ਤੇ 레드 चिल्ली पाउडर देगी मिर्च भी पा सकदे हो आधा चम्मच ਪਾਇਆ ਹਲਦੀ ਥੋੜੀ ਜਿਹੀ ਹੋਰ ਪਾਇਆ ਕਿਉਂਕਿ ਸ਼ਾਇਦ ਮੈਂ ਪਹਿਲਾਂ ਘੱਟ ਪਾਤੀ ਸੀਗੀ ਤੇ ਗਰਮ ਮਸਾਲਾ ਵੀ ਪਾਇਆ ਗਰਮ ਮਸਾਲੇ ਦੇ ਨਾਲ ਥੋੜਾ ਜਿਹਾ ਜੀਰਾ ਮਸਾਲਾ ਜਿਹੜਾ ਭੁੰਨਿਆ ਹੋਇਆ ਉਹ ਪਾਇਆ ਹੋਰੇ ਦੇ ਵਿੱਚ ਜਿਹੜੇ ਆਪਾਂ ਮਸਾਲੇ ਗ੍ਰਾਇੰਡ ਕੀਤੇ ਹੋਏ ਸੀਗੇ ਉਹ ਸੌਫ ਜੀਰਾ ਤੇ ਰਾਈ ਉਹ ਵੀ ਆਪਾਂ ਵਿੱਚ ਪਾ ਦਾਂਗੇ ਇਹਦੇ ਤੇ ਮਿਕਸ ਕਰਕੇ ਇਹ ਚ ਪਾਣੀ ਨਹੀਂ ਪਾਉਣਾ ਬਿਲਕੁਲ ਵੀ ਤੇ ਹੁਣ ਇਹਦੇ ਵਿੱਚ ਆਪਾਂ ਗੋਭੀ ਐਡ ਕਰ ਦੇਣੀ ਆ ਗੋਭੀ ਨੂੰ ਮੰਮੀ ਨੇ ਪਹਿਲਾਂ ਨਾ ਕੱਟ ਕੇ ਧੋ ਕੇ ਤੇ ਇੱਕ ਦਿਨ ਦੀ ਧੁੱਪ ਲਵਾਤੀ ਸੀ ਦੁਪਹਿਰ ਦੀ ਤੇ ਉਹਦੇ ਨਾਲ ਥੋੜਾ ਜਿਹਾ ਪਾਣੀ ਆ ਜਿਹੜਾ ਉਹ ਸੁੱਕ ਗਿਆ ਸੀਗਾ ਤੇ ਫਿਰ ਹੁਣ ਅੱਜ ਇਹਨੂੰ ਬਣਾਉਣ ਲੱਗੇ ਆ। ਇਹਨੂੰ ਚੰਗੀ ਤਰ੍ਹਾਂ ਮਸਾਲੇ ਜਿੰਨੇ ਵੀ ਆਪਾਂ ਰੈਡੀ ਕੀਤਾ ਉਹ ਮਿਕਸ ਕਰ ਦੇਣਾ ਤੇ ਇਹਦੇ ਵਿੱਚ ਹੁਣ ਪਾਉਣਾ ਸਿਰਕਾ। ਸਿਰਕਾ ਅੱਧੀ ਕੌਲੀ ਪਾਈ ਆ। ਇਹ ਵਾਈਟ ਵਿਨੇਗਰ ਆ। ਦੇਖਣ ਚ ਪਾਣੀ ਵਰਗਾ ਲੱਗਦਾ ਬਟ ਇਹ ਸਿਰਕਾ ਹੀ ਆ। ਜਿਹੀ ਤਰ੍ਹਾਂ ਮਿਕਸ ਕਰਕੇ ਹੁਣ ਐਂਡ ਵਿੱਚ ਇਹਦੇ ਵਿੱਚ ਗੁੜ ਪਾਵਾਂਗੇ ਜੋ ਆਪਾਂ ਕ੍ਰਸ਼ ਕਰਕੇ ਰੱਖਿਆ ਹੋਇਆ ਗੁੜ ਪਾ ਕੇ ਹੁਣ ਗੁੜ ਆਪਣੇ ਆਪ ਹੌਲੀ-ਹੌਲੀ ਮੈਲਟ ਹੁੰਦਾ ਰਹੂਗਾ ਤੇ ਨਾਲ-ਨਾਲ ਇਹਨੂੰ ਆਪਾਂ ਹਿਲਾਉਂਦੇ ਰਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਨਮਕ ਨਮਕ ਵੈਸੇ ਤਾਂ ਸਵਾਦ ਅਨੁਸਾਰੀ ਹੁੰਦਾ ਬਟ ਅਸੀਂ ਇਹਦੇ ਵਿੱਚ ਢਾਈ ਚਮਚ ਨਮਕ ਦੇ ਪਾਏ ਨੇ ਕਿਉਂਕਿ ਖੱਟਾ ਮਿੱਠਾ ਅਚਾਰ ਆ ਜੇ ਨਮਕ ਘੱਟ ਰੱਖਾਂਗੇ ਤਾਂ ਸਿਰਫ ਮਿੱਠੇ ਦਾ ਹੀ ਟੇਸਟ ਆਈ ਜਾਊਗਾ ਇਸ ਲਈ ਨਮਕ ਵੀ ਉਸ ਹਿਸਾਬ ਨਾਲ ਪਾਉਣਾ ਤਾਂ ਕਿ ਦੋਨਾਂ ਦਾ ਫਲੇਵਰ ਆ ਜਿਹੜਾ ਸੇਮ ਹੋਵੇ ਇਹਨੂੰ ਹੁਣ 5 ਮਿੰਟ ਲਈ ਢੱਕ ਕੇ ਰੱਖ ਦੇਵਾਂਗੇ 5 ਮਿੰਟ ਤੋਂ ਬਾਅਦ ਆਪਾਂ ਹੁਣ ਚੈੱਕ ਕੀਤਾ ਤਾਂ ਦੇਖੋ ਸਾਰਾ ਗੁੜ ਮੈਲਟ ਹੋ ਗਿਆ ਤੇ ਜਿਹੜਾ ਸੇਕਾ ਸੀ ਉਹ ਵੀ ਗੁੜ ਦੇ ਨਾਲ ਬਿਲਕੁਲ ਮਿਕਸ ਹੋ ਗਿਆ ਹਜੇ ਨੂੰ ਆਪਾਂ ਹੋਰ ਪਕਾਉਣਾ ਥੋੜੀ ਦੇ ਤੇ ਆ 15 ਮਿੰਟ ਬਾਅਦ ਦੇਖੋ ਆਪਣਾ ਸਾਰਾ ਜਿੰਨਾ ਵੀ achar ਸੀਗਾ ਉਹ ਰੈਡੀ ਹੋ ਗਿਆ ਗੁੜ ਵੀ ਮੈਲਟ ਹੋ ਗਿਆ ਪ੍ਰੋਪਰ ਤੇ گاੜਾ ਵੀ ਹੋ ਗਿਆ ਮਸਾਲੇ ਵੀ ਸਾਰੇ ਗੋਭੀ ਦੇ ਉੱਪਰ ਲੱਗ ਚੁੱਕੇ ਨੇ ਬਸ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਹੁਣ ਨਹੀਂ ਤਾਂ ਫਿਰ ਗੋਭੀ ਦਾ ਜਿਹੜਾ ਟੈਕਸਚਰ ਆ ਨਾ ਉਹ ਸਹੀ ਨਹੀਂ ਰਹਿੰਦਾ ਹੈਗਾ ਆਚਾਰ ਆਪਣਾ ਰੈਡੀ ਆ ਹੁਣ ਖਾਣ ਲਈ